سنا بڑا کمال کا جملہ آپ نے فرمایا میں آقا کریم صلی اللہ تعالی علیہ وسلم کا فرمان یاد ہے میرے آقا کریم نے فرمایا کہ جنت کی حقیقت علی نے سی فرمایا نبی نے سبحان اللہ
ਸੋਨਾ ਬਿਸਤਰਾ ਘਰ ਵਿਛਾ ਦਿੱਤੀਏ ਚਾਹ ਕੇ ਰੁਕਿਆ ਉਹਦਾ ਨਗਰ ਦੀਨੀ ਤਬਲੀਗ ਵਾਸਤੇ ਬਿਸਤਰਾ ਚਾਵਣ ਛੱਤ ਨਹੀਂ ਬਿਸਤਰਾ ਘਰ ਕਰ ਜਾਂਦੇ ਨਿਕਲਦੇ ਆਪ ਤਸ਼ਰੀਫ ਲੈ ਕੇ ਗਿਆ ਜਿਸ ਤਰ੍ਹਾਂ ਹਜ਼ਰਤ ਅਬੂ ਬਕਰ ਸਦੀਕ ਦੇ ਮੂੰਹ ਤੇ ਅਦਰਾਨ ਦਾ ਵੇਲਾ ਹੈ ਆਪ ਨੇ ਦੱਸਿਆ ਨਹੀਂ ਹਜ਼ਰਤ ਅਬੂ ਬਕਰ ਸਦੀਕ ਨੂੰ ਕਿ ਅੱਜ ਰਾਤ ਤਿਆਰ ਹੋ ਮੈਂ ਆਪ ਚੱਲਣਾ ਹੈ ਨਾ ਹਜ਼ਰਤ ਅਬੂ ਬਕਰ ਸਦੀਕ ਤੱਕ ਕਈ ਹਾਲਤ ਆਪ ਸੁਣੇ ਨਾ ਦੇ ਕੋ ਸੋਣਾ ਬਸ ਆਪ ਵਾਲੀ ਕੀ ਚੱਲਣ ਨਾ ਕਿ ਕਾਫਰ ਨੂੰ ਬਹੁਤ ਜ਼ਿਆਦਾ ਤੰਗ ਕਰੇ ਆਪ ਕਿ ਨਹੀਂ ਕਰ ਚੱਲੋ ਲੇਕਿਨ ਅੱਲਾ ਦੇ ਮਹਿਬੂਬ ਨੇ ਫਰਮਾਇਆ ਬਾਬਾ ਹਾਲੀ ਹੁਕਮ ਆਇਆ ਪਤਾ ਲੱਗ ਗਿਆ ਸੋਹਣੇ ਦਾ ਕਿਹੜਾ ਹਾਲ ਮੰਗਦੀ ਹੈ ਖੁਦਾ ਦੀ ਰਜ਼ਾ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ
ਤੁਸੀਂ ਸੁਣਨਾ ਸਿੱਧੇ ਚਾਹੀਦੇ ਨੇ ਸੁਭਾਨ ਅੱਲਾਹ ਸੋ ਜਿਹੜੇ ਮੈਂ ਆਪੀ ਬੇਕੂਫੀ ਜ਼ਮੀਨ ਦਾ ਕਰਦੇ ਇਹਨੇ ਆ ਕੇ ਬਹੁਤ ਸਾਰੇ ਉੱਤੇ ਸੀ ਹਜ਼ਰਤ ਦੇ ਅਲੀ ਅੰਦਰ ਤੇ ਅਬੂ ਬਕਰ ਸਦੀਕ ਜੀ ਨੇ ਰੋ ਕਿਉਂ ਬਹੁਤ ਸਾਰੇ ਬੰਦੇ ਉਹ ਪਤਾ ਨਾ ਵੀ ਇਸ ਗੋਦ ਵਿੱਚ ਉਹ ਕਾਇਨਾਤ ਦਾ ਬਾਦਸ਼ਾਹ ਬਣ ਗਿਆ ਸੁਭਾਨ ਅੱਲਾਹ ਲੇਕਿਨ ਆਸ਼ਿਕਾ ਆਪਨੇ ਕਾਇਨਾਤ ਨੂੰ ਪਰਮਿਸ਼ਨ ਨਹੀਂ ਦਿੱਤੀ ਆਪਨੂੰ ਵੀ ਪਤਾ ਲੱਗ ਗਿਆ ਵੀ ਚੀਜ਼ ਕੋਈ ਆਈ ਹੁੰਦੀ ਹੈ ਫਰਮਾਇਆ ਜੋ ਹੋਵੇ ਮੇਰੀ ਜਾਨੀ ਹੈ ਤਾਂ ਸਾਹੇ ਸਾਹੇ ਉਹ ਤਾਂ ਤਸਵਨ ਨੂੰ ਕੋਈ ਨਹੀਂ ਦੱਸ ਆਖਰ ਸੁਭਾਨ ਅੱਲਾਹ ਆਪਨੇ ਜਿਹੜੀ ਹਟਾਈ ਉਸਨੇ ਆਖਿਰਕਾਰ ਆਪਣੀ ਆਦਤ ਹੈ ਉਹਨੇ ਡੰਗ ਮਾਰਿਆ ਇੱਕ ਮਾਰਿਆ ਦੂਜਾ ਮਾਰਿਆ ਤੀਜਾ ਮਾਰਿਆ ਲੇਕਿਨ ਯਾਰ ਮੈਂ ਚੁੱਪੇ ਸ਼ੇ ਨਹੀਂ ਸੀ ਸੁਭਾਨ ਅੱਲਾਹ ਇਨਸਾਨੀ ਫਿਤਰਤ ਦੇ ਜਿਹੜੇ ਪੇਸ਼ਾ ਨੂੰ ਫਰਦ ਨਾ ਰਹਿਣਾ ਫਰਦ ਤੋਂ ਬਾਅਦ ਪਿਛੜਦਾ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਸੱਚੇ ਬਾਬਾ ਸਦੀਕ ਦੀ ਅਜ਼ਮਤ ਤੇ ਸ਼ਾਨ ਨੂੰ ਯਕੀਨ ਜਾਣੋ ਮਕਾਮ ਦੇ ਕੋਲ ਦਾ ਆਪਨੇ ਅੱਖਾਂ ਮੁਬਾਰਕ ਦੇ ਜਿਸ ਤੇ ਜ਼ਹਿਰ ਅਸਰ ਕੀਤਾ ਤੇ ਅੱਖਾਂ ਦੇ ਵਿੱਚ ਆਸੂ ਨੇ ਸਿੱਧੇ ਰੂਹੇ ਮੁਸਤਫਾ ਉੱਤੇ ਆ ਇਹ ਉਹ ਚਿਹਰਾ ਜਿਹੜਾ ਕਿਆ ਨਬੀ ਦੇ ਮੁਤਲਕ ਹਜ਼ਰਤ ਅਬੂ ਬਕਰ ਸਦੀਕ ਨੇ ਫਰਮਾਇਆ ਕਿ ਨਜ਼ਰਾਂ ਦਾ ਮਜੇ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਿਲ ਦੀ ਖਾਹਿਸ਼ ਹੈ ਅੱਖ ਮੇਰੀ ਹੋਵੇ ਚਿਹਰਾ ਮੁਸਤਫਾ ਦਾ ਹੋਵੇ ਸੁਭਾਨ ਅੱਲਾਹ ਔਰ ਆਸ਼ਿਕ ਨੇ ਹਿੰਦੀ ਤਰਜਮਾਨੀ ਕਰੇ ਤੇ ਆਪਣੀ ਮੁਹੱਬਤ ਦੇ ਇਜ਼ਹਾਰ ਕੇ ਲਈ ਫਰਮਾਇਆ ਕਿ ਹਜ਼ਰਤ ਅਬੂ ਬਕਰ ਸਦੀਕ ਕੋ ਲਿਆ ਇਹ ਅਕਰਾ ਚਾਹਤੇ ਕਿ ਜੀ ਕਰਦਾ ਹੈ ਸੋਹਣਿਆ ਮੁਸਤਫਾ ਕਰੀਮ ਦੀ ਮੁਹੱਬਤ ਵੀ ਹੁੰਦ ਦਿਲ ਵਿੱਚ ਆਸੀ ਹਸਨੈਨ ਕਰੀਮ ਦੀ ਮੁਹੱਬਤ
محبت بھی ہوں دل وچ اسی اس دل وچ حضرت ابوبکر صدیق دا پیار سبحان اللہ اے مقام ہے کہ کا محبت ہے ابوبکر صدیق دا اللہ نے اتنا اعلی مقام اور اتنی شان اور عزت عطا فرمائی آقا کریم صلی اللہ علیہ وسلم گھر تشریف لا کے حضرت عائشہ صدیقہ طیبہ طاہرہ رضی اللہ تعالی عنہا آپ تشریف فرمائے رات جب مگانی ہوئی آسمان خوبصورت ہے سبحان اللہ ستارے جگ مگا دے پے آپ نے اوپر بھی لکھے تلے بھی لکھے آسمان دے چاند بھی لکھے سبحان اللہ تلے اپنے دل پر بھی لکھے سبحان اللہ آپ نے بھی لکھے تھے اعلی حضرت بول رہے سبحان اللہ ماشاءاللہ سبحان اللہ سبحان اللہ سبحان اللہ